बरनाला में अपने संघर्ष की शुरुआत करते हुए ठेका मुलाजम संघर्ष मोर्चा पंजाब ने कैप्टन सरकार के खिलाफ नारेबाजी करते हुए मोंटेक सिंह आहलूवालिया का पुतला फूंका। ठेका मुलाजमों ने कैप्टन सरकार पर 2016 में ठेका मुलाजमों के लिए बादल सरकार द्वारा बनाए गए वेलफेयर एक्ट को रद्द करने के आरोप लगाए हैं। ठेका मुलाजमों ने पंजाब सरकार पर सरकारी विभागों को प्राइवेट कर ठेका आधारित मुलाजमों को नौकरी से बाहर करने के आरोप लगाए हैं। ठेका मुलाजम 13 अक्टूबर को पटियाला में अपने परिवारों और बच्चों सहित पंजाब सरकार के खिलाफ रोष प्रदर्शन करेंगे। उन्होंने कैप्टन सरकार को चेतावनी देते हुए कहा है कि पंजाब में 3.5 लाख ठेका मुलाजम हैं, जो कि अपने परिवारों सहित आगामी 2022 के विधानसभा चुनावों में कांग्रेस का बाइकाट करेंगे। आजाद टीवी न्यूज के लिए बरनाला से प्रदीप कुमार की रिपोर्ट। अज जो सा प्रोग्राम से ठेका संघर्ष मोर्चे के बैनर हेठ जो बरनाले की धरती तो शुरुआत की है मीटिंग दे अपना मनटेक सिंह आहलूवालिया जिहड़ा ਉਹਦਾ ਅਸੀਂ ਪੁਤਲਾ ਫੂਕਿਆ ਹੈ ਬਰਨਾਲਾ ਦਾ ਆਈ ਟੀ ਚੌਂਕ ਲੁਧਿਆਣਾ ਰੋਡ ਹੈ ਜਿੱਥੋਂ ਅਸੀਂ ਅੱਜ ਇਹ ਪੁਤਲਾ ਫੂਕਿਆ ਹੈਗਾ। ਸਾਡਾ ਜਿਹੜਾ ਮੇਨ ਮੰਗ ਆ ਸਾਡੀ ਜਿਹੜੀ ਰੈਗੂਲਰ ਹੋਣ ਦੀ ਹੈਗੀ 15-15 ਸਾਲਾਂ ਤੋਂ 10-10 ਸਾਲਾਂ ਤੋਂ ਜਿਹੜੇ ਸਾਡੇ ਵਰਕਰ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹੈ ਵੱਖ ਵੱਖ ਜਥੇਬੰਦੀਆਂ ਦੇ ਜਿਹੜੇ ਅੱਜ ਆਗੂ ਇੱਥੇ ਪਹੁੰਚੇ ਹੈਗੇ ਉਹਨਾਂ ਦੇ ਸੂਬਾ ਕਮੇਟੀ ਦੀ ਕਾਲ 'ਤੇ ਸਾਡੇ ਜਿਹੜੇ ਸੂਬਾ ਆਗੂ ਵੀ ਆਏ ਆ ਇੱਥੇ ਉਹਨਾਂ ਦੇ ਆਪਣੇ ਜਿਹੜੇ ਉਹਨਾਂ ਦੀ ਕਾਲ 'ਤੇ ਅਸੀਂ ਇਹ ਪੁਤਲਾ ਫੂਕਿਆ ਹੈਗਾ। ਆਉਣ ਵਾਲਾ ਜਿਹੜਾ ਸਾਡਾ ਸੰਘਰਸ਼ ਹੈਗਾ ਉਹ 13 ਅਕਤੂਬਰ ਨੂੰ ਸਾਡਾ ਪਟਿਆਲੇ ਦੇ ਵਿੱਚ ਠੇਕਾ ਸੰਘਰਸ਼ ਮੋਰਚੇ ਦੇ ਬੈਨਰ ਹੇਠ ਹੋਣਾ ਹੈਗਾ। ਬਾਕੀ ਸੂਬਾ ਕਮੇਟੀ ਦੀ ਕਾਲ 'ਤੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਨੇ। ਪੰਜਾਬ ਦੇ ਵਿੱਚ ਤਕਰੀਬਨ ਪੰਜਾਬ ਸਰਕਾਰ ਦੇ ਅੰਕੜੇ ਨੂੰ ਸਰ 3.5 ਲੱਖ ਮੁਲਾਜ਼ਮਾਂ ਜੋ ਠੇਕੇ 'ਤੇ ਆਊਟਸੋਰਸਿੰਗ ਦੇ ਥਰੂ ਕੰਪਨੀਆਂ ਦੇ ਥਰੂ ਭਰਤੀ ਹੈ। ਅਸੀਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ 2016 ਦੇ ਵਿੱਚ ਬਾਦਲ ਸਰਕਾਰ ਤੋਂ ਇੱਕ ਐਕਟ ਬਣਾਇਆ ਸੀ ਮੁਲਾਜ਼ਮ ਭਲਾਈ 2016 ਐਕਟ, ਜਿਹਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਕੱਚੇ ਮੁਲਾਜ਼ਮ ਸੀ ਉਹਨਾਂ ਦੇ ਹੱਕ ਦਾ ਉਹ ਐਕਟ ਬਣਿਆ ਸੀ। ਪਰ ਜਦੋਂ ਦੀ ਕੈਪਟਨ ਸਰਕਾਰ ਬੜੇ ਬੜੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਆ, ਬਥੇਰੀਆਂ ਕਮੇਟੀਆਂ ਬਣਾਤੀਆਂ, ਭੰਗ ਕਰਤੀਆਂ, ਕੱਚੇ ਮੁਲਾਜ਼ਮ ਪੱਕੇ ਕਰਨੇ, ਪਰ 3 ਸਾਲ ਹੋ ਗਏ ਕੱਚੇ ਮੁਲਾਜ਼ਮਾਂ ਦੀ ਸਾਰ ਨਹੀਂ ਲਈ। ਮਹਿਕਮੇ ਪੱਕੇ ਕਰਨੀ ਤਾਂ ਬਹੁਤ ਦੂਰ ਦੀ ਗੱਲ, ਬਿਜਲੀ ਬੋਰਡ ਦੀਆਂ ਛਾਂਟੀਆਂ, ਸੀਵਰੇਜ ਬੋਰਡ ਦੀਆਂ ਛਾਂਟੀਆਂ, ਪਾਵਰਕੌਮ ਦੀਆਂ ਛਾਂਟੀਆਂ, ਪਨਬੱਸ ਦੀਆਂ ਛਾਂਟੀਆਂ, ਰੋਡਵੇਜ਼ ਦੀਆਂ ਛਾਂਟੀਆਂ ਜਾਂ ਥਰਮਲਾਂ ਦੀਆਂ ਛਾਂਟੀਆਂ, ਇਹ ਸਰਕਾਰ ਆਪਦੇ ਅਸਲੀ ਉਸ ਰਾਵਣ ਵਾਲੇ ਨਜ਼ਰੀਏ ਦੇ ਉੱਪਰ ਉਤਰੀ ਆਈ ਵੀ ਪੰਜਾਬ ਦਾ ਕੋਈ ਵੀ ਵਿਭਾਗ ਪੱਕਾ ਨਹੀਂ ਇਹਨੇ ਛੱਡਣਾ। ਰਹਿੰਦੀ ਖੂੰਹਦੀ ਮੋਨੋਟੇਕ ਸਿੰਘ ਆਹਲੂਵਾਲੀ ਦੀ ਜੋ ਰਿਪੋਰਟ ਹੈ ਜੋ ਪੰਜਾਬ ਸਰਕਾਰ ਲਾਗੂ ਕਰ ਰਹੀ ਹੈ ਉਹ 'ਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਲੈਵਲ 'ਤੇ ਪੂਰੇ ਜ਼ਿਲ੍ਹਿਆਂ ਦੇ ਵਿੱਚ ਸੰਘਰਸ਼ ਦਾ 'ਚ ਬਿਗਲ ਵਜਾਉਂਦਾ। ਆਉਣ ਵਾਲੀ 13 ਅਕਤੂਬਰ ਨੂੰ ਪੰਜਾਬ ਦੇ ਸਾਹੀ ਸ਼ਹਿਰ ਪਟਿਆਲੇ ਵਿੱਚ ਪੰਜਾਬ ਦੇ ਪੂਰੇ ਸਮੂਹ ਠੇਕਾ ਮੁਲਾਜ਼ਮ ਕੱਚੇ ਮੁਲਾਜ਼ਮ ਰੈਲੀ ਕਰਨਗੇ ਅਤੇ ਉਹ ਤੋਂ ਪਹਿਲਾਂ ਪੰਜਾਬ ਦੇ 22 ਦੇ 22 ਜ਼ਿਲ੍ਹਿਆਂ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਮੀਟਿੰਗਾਂ ਕੀਤੀਆਂ ਜਾਣਗੀਆਂ।